ਸੀਆਂ ਵਾਲੇ ਕੁਲਜੀਤ ਦੇ ਤੋਂ ਪਹਿਲਾਂ ਜੇਕਰ ਇਸ ਏਰੀਏ ਦਾ ਕੋਈ ਸਟਾਰ ਖਿਡਾਰੀ ਸੀ ਜਿਹਦੀ ਚਰਚਾ ਕਹਿੰਦੇ ਇੰਗਲੈਂਡ ਕੈਨੇਡਾ ਅਮਰੀਕਾ ਦੇ ਵਿੱਚ ਹੋਈ ਹੈ, ਉਹ ਕਹਿੰਦਾ ਬਟਾਲੇ ਵਾਲਾ ਸੀਗਾ, ਪਰ ਕਹਿੰਦੇ ਵੀ ਕੁਝ ਘਰੇਲੂ ਜ਼ਿੰਮੇਵਾਰੀਆਂ ਘਰੇਲੂ ਮਜ਼ਬੂਰੀਆਂ ਦਾ ਵੀ ਕਹਿੰਦੇ ਵੀ ਖਿਆਲ ਰੱਖਣਾ ਪੈਂਦਾ। ਸੋ ਅੰਤਰਰਾਸ਼ਟਰੀ ਖਿਡਾਰੀ ਨਹੀਂ ਬਣ ਸਕਿਆ, ਗੱਲ ਵੱਖਰੀ ਹੈ। ਪਰ ਉਸ ਤੋਂ ਬਾਅਦ ਪਾਸਲੇ ਵਾਲੇ ਮੀਕੇ ਨੇ ਵੀ ਕਹਿੰਦੇ ਵੀ ਬਡਾਲੇ ਵਾਲੇ ਕਹਿੰਦੇ ਦੀ ਖੇਡ ਦਾ ਲੋਹਾ ਮੰਨਿਆ। ਸੋ ਆਪਾਂ ਧੰਨਵਾਦ ਕਰਦੇ ਹਾਂ ਗਾਨੋ ਵਾਲੀ ਜਿੰਦਰ ਜਿਹਨੇ ਬਡਾਲੇ ਵਾਲੇ ਕਹਿੰਦੇ ਦੀ ਖੇਡ ਨੂੰ ਪਛਾਣਿਆ ਤੇ ਇੱਕ ਕਬੱਡੀ ਦਾ ਸਟਾਰ ਖਿਡਾਰੀ ਪੈਦਾ ਕਰਨ ਦਾ ਸਟਾਰ ਖਿਡਾਰੀ ਵਿੱਚ ਵੱਡਾ ਯੋਗਦਾਨ ਦਿੱਤਾ। ਪਰ ਲਓ ਇੱਧਰ ਪਾਈ ਹੋਈ ਕਬੱਡੀ ਨਿਹਾਲੀ ਵਾਲੀ ਕੁਲਜੀਤੇ ਨੌਜਵਾਨ ਦੀ, ਐਨ ਮਧਰਾ ਕੱਦ ਮੁੰਡੇ ਦਾ ਝੁਕਾਇਆ ਹੋਇਆ ਸਰੀਰ, ਕਬੱਡੀ ਕਬੱਡੀ ਕਰਦਾ ਹੋਇਆ ਦੋ ਨੰਬਰ ਤੋਂ ਕੋਸ਼ਿਸ਼ ਕੀਤੀ ਹਰ ਜਾ ਪਾਸੇ, ਕਬੱਡੀ 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 ਹੱਟ ਕਬੱਡੀ ਯਾਰਾਂ ਦੀ, ਇੱਕ ਪਾਸੇ ਕਾਲੇ ਸੰਗਿਆਂ ਦਾ ਮੱਲ ਤੇ ਦੂਜੇ ਪਾਸੇ ਨਿਹਾਲੂ ਵਾਲ ਦਾ ਕਹਿਲ। ਵਾਹ ਜੀ ਵਾਹ, ਦੋ ਬਾਬਰ ਸ਼ੇਰ ਛੀਣੀਆਂ ਮਾਵਾਂ ਦੇ ਸ਼ੇਰ ਪੁੱਤ, ਦੋਵਾਂ ਨੇ ਮਾਵਾਂ ਦਾ ਦੁੱਧ ਚੁੰਗਿਆ, ਬਸ ਫਰਕ ਇੰਨਾ ਆ ਵੀ ਤਕਨੀਕ ਵੱਖੋ ਵੱਖਰੀ ਸੀ, ਖੇਡ ਇੱਕ ਸੀ, ਕੋਚ ਮੇਰੇ ਵੀਰੋ ਵੱਖੋ ਵੱਖਰੇ ਹੈ, ਤਾਂ ਵੱਖਰੇ ਵੱਖਰੇ ਹੈ ਤੇ ਪੁਆਇੰਟ ਇਸ ਵੇਲੇ ਨਿਹਾਲੋ ਵਾਲੀ ਅੱਗ ਜੀਤਦਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਉਧਰ ਸੋਖਾ ਬਿੱਲੀ ਭੁੱਲਰ ਵਾਲਾ ਐਸੇ ਸਾਲ ਕਹਿੰਦੇ ਵੀ ਨੈਸ਼ਨਲ ਕਬੱਡੀ ਕਲੱਬ ਦੇ ਲਈ ਖੇਡਿਆ ਮੁੰਡਾ, ਪੂਰੀ ਪੱਲੇ ਪੱਲੇ ਰਹੀ ਨੌਜਵਾਨ ਦੀ, ਇਸ ਏਰੀਏ ਦਾ ਨਾਮ ਰੋਸ਼ਨ ਕਰ ਦਿੱਤਾ। ਇਹਦਾ ਪਿੰਡ ਕਹਿੰਦੇ ਵੀ ਭੁੱਲਣਾ ਆ, ਜਿੱਥੋਂ ਦਾ ਅਰਜਨ ਭੁੱਲਰ ਅਵਤਾਰ ਸਿੰਘ ਭੁੱਲਰ ਦਾ ਸਪੁੱਤਰ ਕੈਨੇਡਾ ਦੇ ਵਿੱਚ, ਬਸ ਕੈਨੇਡਾ ਦਾ ਜੰਪਲ, ਪਰ ਕਹਿੰਦੇ ਵੀ ਜਦੋਂ ਹੈਲੋ ਆਪਾਂ ਨਾਲ ਹੀ ਇਹਨਾਂ ਹੋਈਆਂ ਰਹਿ ਕੇ ਵੀਰ ਇੱਧਰ ਆਪਾਂ ਧੰਨਵਾਦ ਕਰਨਾ ਹੈ ਅਮਰਜੀਤ ਸਿੰਘ ਸੰਧੂ ਚੇਅਰਮੈਨ ਮਾਰਕੀਟਿੰਗ ਕਮੇਟੀ ਗ੍ਰਹਿਆਂ, ਰਾਮ ਸ਼ਰਨ ਰੰਧਾਵਾ, ਚਰਨਜੀਤ ਸਿੰਘ ਸਾਰੰਗ ਤੇ ਨਛੱਤਰ ਸਿੰਘ ਜੀ, ਇਹ ਵੀ ਮਹਾਨ ਸ਼ਖਸੀਅਤਾਂ ਆਪਣੇ ਕੋਲੋਂ ਪਹੁੰਚ ਗਈਆਂ, ਆਪਾਂ ਨਾਲ ਨਾਲ ਇਹਨਾਂ ਦਾ ਧੰਨਵਾਦ ਕਰਨਾ। ਮੇਰਾ ਵੀਰ ਸਰਦਾਰ ਸੰਤੋਖ ਸਿੰਘ ਬਾਸੀ ਸਾਹਿਬ ਹੁਣਾਂ ਵੱਲੋਂ ਰਾਮ ਸ਼ਰਨ ਰੰਧਾਵਾ, ਚਰਨਜੀਤ ਸਿੰਘ ਸਾਰੰਗ ਤੇ ਨਛੱਤਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਣ ਭੇਜਦੇ ਹਾਂ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹਾਂਜੀ ਭਾਜੀ, ਆਹ ਮੈਂ ਵੀ ਦੇਖਿਆ ਬਟੂਆ ਖੁੱਲ ਗਿਆ, ਮੈਨੂੰ ਲੱਗਦਾ 500 ਰੁਪਈਆ ਇਹ ਮੇਰੇ ਲਈ ਆਇਆ ਤੇਰੇ ਲਈ ਆਇਆ, ਆ ਗਿਆ 500 ਰੁਪਈਆ ਮੇਰਾ ਵੀਰੇ। ਉਹ ਤਾਂ ਮੈਨੂੰ ਵੀ ਪਤਾ ਕਿਤੇ ਮੈਂ ਬੋਲੀ ਜਾਵਾਂ ਤੂੰ ਇੱਧਰੋਂ ਬੋਲੀ ਜਾਵੇਂ, ਇਹ 500 ਹਰਵਿੰਦਰ ਮਹਿਮ ਦੇ ਲਈ ਹੋਵੇ ਜਿਹੜਾ ਬੋਲਿਆ ਵੀ ਹੈ ਨੀ ਅਜੇ। ਸਹੀ ਹੈ ਭਾਈ, ਸਹੀ ਹੈ, ਚੀਜ਼ਾਂ ਹੀ ਨਾ ਮਾਰ ਜਵੇ। ਅਮਰਜੀਤ ਸੰਧੂ ਸਾਹਿਬ ਕੋਈ ਗੱਲ ਨਹੀਂ, ਧੰਨਵਾਦ ਤੁਹਾਡਾ, ਤੁਹਾਡਾ 500 ਰੁਪਈਆ ਨਹੀਂ ਆਸ਼ੀਰਵਾਦ ਆ ਸਾਨੂੰ, ਕਿਉਂਕਿ ਇਸ ਏਰੀਏ ਦੇ ਵਿੱਚ ਤੁਹਾਡੀ ਜਿੱਥੇ ਵੱਖਰੀ ਪਹਿਚਾਣ ਹੈ, ਸਿਆਸਤ ਦੇ ਵਿੱਚ ਵੱਡਾ ਨਾਮ ਹੈ, ਕਹਿੰਦੇ ਵੀ ਹਰ ਖੇਡ ਮੇਲੇ ਦਾ ਸ਼ਿੰਗਾਰ ਉੱਥੇ ਮਾਇਆ ਨਹੀਂ ਕੰਮ ਕਰਦੀ, ਉੱਥੇ ਆਸ਼ੀਰਵਾਦ ਕੰਮ ਕਰਦਾ ਹੈ। ਸੋ 500 ਦੇ ਨਾਲ ਮਾਣ ਕਰਦੇ ਨੇ ਸੰਤੋਖ ਬਾਸੀ ਜੀ, ਸਾਡੇ ਅਮਰਜੀਤ ਸੰਧੂ ਸਾਹਿਬ, ਨਛੱਤਰ ਸਿੰਘ ਸਾਡੇ ਦੰਦੂਪੁਰ ਵਾਲੇ, ਆਪਾਂ ਧੰਨਵਾਦ ਕਰਦੇ ਹਾਂ। ਤੇ ਇਧਰਲੇ ਪਾਸੇ ਵੇਖਦੇ ਵੇ ਅਗਲੀ ਕਬੱਡੀ, ਲਓ ਸਾਹਮਣੇ ਮਾਰਦਾ ਹੋਇਆ ਪੱਟਾਂ ਤੇ ਥਾਪੀਆਂ ਨੌਜਵਾਨ, ਲੋਹੇ ਵਰਗੇ ਪੱਟਾ ਮੁੰਡੇ ਦੇ, ਆਹ ਦੇਖੋ ਸਾਹਮਣੇ, ਇੱਕ ਪਾਸੇ ਢੰਡੋਵਾਲ ਦਾ ਅਮਨਾ, ਕਹਿੰਦੇ ਵੇ ਪੰਸੇ ਢੰਡੋਵਾਲੀ ਇਹਨੇ ਬੱਲੇ ਬੱਲੇ ਕਰਾਈ ਆਪਣੇ ਸਮੇਂ ਦੇ ਵਿੱਚ, ਆਇਆ ਕੱਖ ਲਾਦਾ ਰਕੇਸ਼ੀ, ਆਹ ਬੱਲੇ ਆ ਤੇਰੇ ਮੇਜਰ ਕਾਕਲ, ਕਹਿੰਦੇ ਵੇ ਦੋ ਬਾਰ ਕੈਨੇਡਾ ਕੱਪ ਦਾ ਉੱਤਮ ਦਾ ਉੱਤਮ ਜਾਫੀ ਡਿਕਲੇਅਰ ਹੋਇਆ, ਪਹਿਲੀ ਵਾਰੀ 1992 ਦੇ ਵਿੱਚ ਜਦੋਂ ਦੂਜਾ ਵਰਲਡ ਕੱਪ ਹੋਇਆ ਟੋਰਾਂਟੋ ਦੇ ਵਿੱਚ, ਤੇ ਦੂਜੀ ਵਾਰੀ 1993 ਦੇ ਵਿੱਚ ਜਦੋਂ ਕਹਿੰਦੇ ਹਰਜੀਤ ਬਰਾੜ ਪਹਿਲੀ ਵਾਰੀ ਕੈਨੇਡਾ ਕੱਪ ਦਾ ਉੱਤਮ ਧਾਵੀ ਡਿਕਲੇਅਰ ਹੋਇਆ, ਵੱਡੇ ਨਾਮ ਨੇ ਮੇਰੇ ਪੰਜਾਬੀ ਵੀਰਿਓ। ਆਹ ਦੂਜੀਆਂ ਟੀਮਾਂ ਲਾਂਚ ਕਰਦੇ, ਦੋਨੇ ਮੇਰੇ ਵੀ ਤਿਆਰ ਖੜੀਆਂ ਬਾਹਰ, ਨਾਲ ਹੀ ਚੱਲਦੀ ਰੱਖਣੀ ਲੜੀ ਆਪਾਂ। ਹਾਂਜੀ ਲੜੀ ਤਿਆਰ ਆ, ਆ ਦੂਜਾ ਮੈਚ ਜਿਹੜਾ ਡੀਏਵੀ ਕਾਲਜ ਜਲੰਧਰ ਅਤੇ ਤ੍ਰਿਪੱਲੇ ਦੀਆਂ ਟੀਮਾਂ ਦੇ ਵਿਚਕਾਰ ਮੁਕਾਬਲਾ ਹੋਵੇਗਾ। ਵਾਹ, ਕਿ ਨੱਚਦੇ ਪੰਜਾਬੀ ਤਗਾ ਢੋਲ ਤੇ ਲਵਾ ਕੇ ਖੇਡਦੇ ਨੇ ਖੇਡਾਂ ਜਿੰਦ ਤਲੀ ਤੇ ਟਿਕਾ ਕੇ, ਕਿ ਯੋਰ ਆਪਣਾ ਦਿਖਾਉਣ ਲਾ ਕੇ ਤਾਣ ਮਿੱਤਰੋ, ਤੁਹਾਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਹੋਏ ਹੋਏ ਮੇਰਿਆ ਡਾਡਿਆ ਰੱਬਾ, ਹੈਲੋ ਕਿ ਅੱਜ ਹੁੰਦੀ ਸਰਕਾਰ ਤਾਂ ਮੁੱਲ ਮੋੜਦੀ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਏ, ਕਹਿੰਦੇ ਵੀ 26 ਨੰਬਰ ਰਹੇ ਨੇ ਗੋਲਡੀ ਕਬੱਡੀ ਕਲੱਬ ਆਨੰਦਪੁਰ ਸਾਹਿਬ ਦੇ, ਆਦਮਪੁਰ ਸਾਹਿਬ ਦੇ
ਅਤੇ 26 ਨੰਬਰ ਪੱਤਰ ਕਲਾ ਦੇ ਆਖਰੀ ਨੰਬਰ ਤੇ ਫੈਸਲਾ ਹੋ ਗਿਆ। ਮੇਰੇ ਵੀਰੋ ਪੱਤਰ ਕਲਾ ਦੀ ਟੀਮ ਅੱਧੇ ਨੰਬਰ ਦੇ ਨਾਲ ਇਸ ਮੈਚ ਦੇ ਵਿੱਚ ਜੇਤੂ ਰਹੀ ਹੈ। ਆ ਨੋਟ ਕਰ ਲੈ ਮੇਰੇ ਵੀਰਿਆ, ਅੱਧੇ ਨੰਬਰ ਦੇ ਨਾਲ ਪੱਤਰ ਕਲਾ ਦੀ ਅੱਜ ਹੁੰਦੀ ਸਰਕਾਰ ਦਾ ਮੁੱਲ ਮੋੜਦੀ ਜਿਹੜੀਆਂ ਧੰਨਵਾਦ ਆ। ਕਮਲਜੀਤ ਸਿੰਘ ਕਾਲਸੀ ਯੂਕੇ, ਅਵਤਾਰ ਸਿੰਘ ਕਾਲਸੀ ਯੂਕੇ, ਮੱਖਣ ਸਿੰਘ ਕਾਲਸੀ ਹਰੀਪੁਰ ਖਾਲਸਾ, ਜਸਵੰਤ ਸਿੰਘ ਬਿਰਦੀ ਤੇ ਪ੍ਰੋਫੈਸਰ ਜਗਮੋਹਨ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਮਰਜੀਤ ਸਿੰਘ ਸੰਧੂ ਸਾਹਿਬ ਚੇਅਰਮੈਨ ਮਾਰਕੀਟਿੰਗ ਕਮੇਟੀ ਗ੍ਰਹਿਆਂ, ਜੋ ਪਿਛਲੇ 3 ਦਿਨਾਂ ਤੋਂ ਸਾਡੇ ਨਾਲ ਜੁੜੇ ਹੋਏ ਆ, ਵੱਡਾ ਸਹਿਯੋਗ ਹੈ ਇਸ ਟੂਰਨਾਮੈਂਟ ਦੇ ਵਿੱਚ, ਜਿਹਨਾਂ ਨੂੰ ਆਪਾਂ ਬਾਸੀ ਸਾਹਿਬ ਦੀ ਸੱਚੀ ਵਾਹ ਕਹਿ ਸਕਦੇ ਹਾਂ। ਬੜਾ ਪਿਆਰ ਹੈ ਬਾਸੀ ਸਾਹਿਬ ਨਾਲ ਸਾਡੇ ਸਰਦਾਰ ਅਮਰਜੀਤ ਸਿੰਘ ਸੰਧੂ ਸਾਹਿਬ ਉਹਨਾਂ ਦਾ। ਸਿਆਸਤ ਦੀ ਜੇ ਆਪਾਂ ਗੱਲ ਕਰੀਏ, ਵੱਡਾ ਨਾਂ ਹੈ, ਬੜਾ ਵੱਖਰਾ ਸੁਭਾਅ ਹੈ, ਨਿਰਪੱਖ ਫੈਸਲੇ ਲੈਂਦੇ ਆ, ਕਦੇ ਪੱਖ ਨਹੀਂ ਕਿਸੇ ਦੀ ਗੱਲ ਨਹੀਂ ਕਰਦੇ, ਸਿਰਫ ਇੱਕੋ ਜਿਹਾ ਫੈਸਲਾ ਕਰਦੇ ਆ। ਸਾਡੇ ਸੰਧੂ ਸਾਹਿਬ ਬੜਾ ਵੱਡਾ ਨਾਮ ਹੈ, ਚੇਅਰਮੈਨ ਮਾਰਕੀਟਿੰਗ ਕਮੇਟੀ ਗ੍ਰਹਿਆਂ, ਤੇ ਇਹਨਾਂ ਦੇ ਨਾਲ ਰਾਮ ਸ਼ਰਨ ਰੰਧਾਵਾ, ਚਰਨਜੀਤ ਸਿੰਘ ਸਰੰਗ ਤੇ ਨਿਸ਼ਕਰ ਸਿੰਘ ਜੀ, ਇਹ ਸਾਥੀਆਂ ਸਮੇਤ ਆਪਣੇ ਪਹੁੰਚ ਗਏ। ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਅਮਰਜੀਤ ਸਿੰਘ ਸੰਧੂ ਸਾਹਿਬ ਉਹਨਾਂ ਦਾ, ਤੇ ਨਾਲ ਹੀ ਸਾਡੇ ਕਲਸੀ ਵੀਰ ਯੂਕੇ ਤੋਂ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰ ਦਿੰਦੇ ਹਾਂ। ਤੇ ਨਾਲ ਹੀ ਕਹਿੰਦੇ ਵੀ ਇਸ ਮੈਚ ਦੀ ਕਮੈਂਟਰੀ ਸਾਡਾ ਹਰਵਿੰਦਰ ਵੀਰ ਨੀਮਾ ਤੋਂ ਕਰੂਗਾ, ਤੇ ਨਾਲ ਨਾਲ ਸਾਡਾ ਰੇਖਾ ਵੀਰ ਵੀ ਜੁੜਿਆ ਰਹੇਗਾ। ਹਾਂਜੀ ਬਾਸੀ ਸਾਹਿਬ, ਆ ਮੁੰਡਾ ਕਹਿੰਦਾ ਮੈਂ ਜਹਾਜ਼ ਚਲਾ ਕੇ ਦੇਖਣਾ ਹੈ। ਇਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਜਹਾਜ਼ ਦਾ ਗਰਾਊਂਡਾਂ ਦੇ ਵਿੱਚ ਚੱਲਣ ਲੱਗ ਜਾਣਾ ਤਾਂ 70-75 ਹਜ਼ਾਰ ਦੀ ਟਿਕਟ ਹੁੰਦੀ ਹੈ ਰਿਟਰਨ। ਖਰਿਆ ਹੁਣ ਮੈਂ ਜਦੋਂ ਲਈ ਸੀ ਰਿਟਰਨ ਆਈ ਸੀ 70 ਹਜ਼ਾਰ ਦੀ, ਹੁਣ ਤਾਂ ਰਸਤੇ ਚ ਲਈ ਆਉਂਦੀ ਹੈ, ਕਿਉਂਕਿ ਇਹਦੇ ਜਹਾਜ਼ ਤੇ ਨਾ ਬਹਿ ਕੇ ਚਲੇ ਜਾਇਆ ਕਰੀਏ। ਆ ਵੇਖੋ ਇੱਕ ਵਾਰੀ ਇਹਦੇ ਤਾੜੀਆਂ ਮਾਰਾਂਗੇ, ਕਹਿੰਦਾ ਮੈਂ ਇੱਥੇ ਬਾਸੀ ਸਾਹਿਬ ਦੇ ਕੋਲ ਪਹੁੰਚਣਾ ਆ। ਪੁੱਠਾ ਹੋ ਕੇ ਵਾਹ, ਉਹ ਨਹੀਂ ਉਹਦੀ ਸਾਹ ਤੇਰੀਆਂ ਨੌਜਵਾਨਾਂ ਕਿ ਇੰਨੀ ਡੌਲਿਆਂ ਚ ਜਾਨ ਥੰਮ ਦੇਈ ਦਾ ਤੂਫਾਨ, ਜਿੱਥੇ ਲੰਘੀ ਦਾ ਸਲਾਮਾ ਹੁੰਦੀਆਂ ਏ, ਜਿੱਥੇ ਲੰਘੀ ਦਾ ਸਲਾਮਾ ਹੁੰਦੀਆਂ ਏ। ਵਾਹ ਜੀ ਵਾਹ, ਆ ਵੇਖੋ ਡੰਡ ਵੀ ਮਾਰਨ ਲੱਗ ਪਿਆ ਬਈ, ਕੰਮ ਥੋੜਾ ਜਿਹਾ ਔਖਾ ਆ ਬਈ। ਮਾਲਕ ਨੇ ਕਹਿੰਦੇ ਵੀ ਵੱਡੀ ਇਸ ਤੋਂ ਮਾਰ ਮਾਰੀ ਹੈ, ਅੱਜ ਇਹ ਕਹਿੰਦੇ ਵੀ ਹੌਸਲਾ ਨਹੀਂ ਹਾਰਦਾ, ਜਿਵੇਂ ਕਹਿੰਦੇ ਵੀ ਹਿੰਦੀ ਫਿਲਮਾਂ ਦਾ ਡਾਇਲੌਗ ਪਾਪੀ ਪੇਟ ਦਾ ਸਵਾਲ ਹੈ। ਵਾਹ ਜੀ ਵਾਹ, ਤੇ ਅੱਜ ਦੇਖੋ ਕਿਵੇਂ ਇਹ ਨੌਜਵਾਨ ਆਪਣੇ ਕਰਤਵ ਕਰਕੇ ਦਿਖਾ ਰਿਹਾ। ਸਰੀਰ ਬਹੁਤ ਵਧੀਆ ਬਣਾਇਆ ਹੋਇਆ, ਪਰ ਪੋਲੀਓ ਦੀ ਮਾਰ ਪਈ ਇਸ ਨੌਜਵਾਨ ਨੂੰ, ਤੇ ਅੱਜ ਦੇਖੋ ਸਾਹਮਣੇ ਕਰਤਵ ਵੱਖੋ ਵੱਖਰੇ ਢੰਗ ਨਾਲ ਕਰਦਾ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡਾ ਅੱਜ ਦਾ ਇਹ ਖੇਡ ਵੇਲਾ ਰਵਿੰਦਰ ਸੁਮਨ ਜੀ, ਆ ਮਨੀਸ਼ ਬਾਬਾ ਜੀ ਨਹੀਂ ਅਜੇ ਤੱਕ ਆਏ, ਕਦੋਂ ਤੱਕ ਆਉਣਗੇ? ਕੱਲ ਨੂੰ ਕਹਿੰਦੇ ਵੀ ਸੁਰਖੀ ਵੀ ਬਣਾਉਣੀ ਹੈ ਇਸ ਖੇਡ ਵੇਲੇ ਦੀ। ਸੋ ਅੱਜ ਕਹਿੰਦੇ ਵੀ ਸਾਡੇ ਕੋਲ ਇਸ ਖੇਡ ਮੇਲੇ ਨੂੰ ਚਾਰ ਚੰਨ ਲਾਉਣ ਦੇ ਲਈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਭਾਣਜੇ ਜਗਮੋਹਨ ਸਿੰਘ ਜੀ ਕੰਗ ਸਾਹਿਬ, ਉਹ ਵੀ ਉਚੇਚੇ ਤੌਰ ਤੇ ਪੁੱਜੇ ਹੈ। ਸੋ ਉਹਨਾਂ ਦਾ ਵੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਗੱਲ ਕਰੀਏ ਅਣਖੀਲੇ ਯੋਧਿਆਂ ਦੀ, ਗੱਲ ਕਰੀਏ ਅਣਖੀਲੇ ਯੋਧਿਆਂ ਦੀ, ਜਿਨ੍ਹਾਂ ਵਕਤ ਫਰੰਗੀ ਨੂੰ ਪਾ ਦਿੱਤਾ, ਬਦਲਾ ਲਿਆ ਸੀ ਲਾਲਾ ਲਾਜਪਤ ਦਾ, ਸਾਂਡਰਸ ਗੋਲੀ ਦੇ ਨਾਲ ਉਡਾ ਦਿੱਤਾ, ਸੁੱਟਿਆ ਬੰਬ ਅਸੈਂਬਲੀ ਦੇ ਵਿੱਚ ਜਾ ਕੇ, ਤਖਤ ਗੋਰਿਆਂ ਦਾ ਜਿੰਨਾ ਹਿਲਾ ਦਿੱਤਾ, ਨਾਲ ਆਜ਼ਾਦੀ ਕੀਤਾ ਇਸ਼ਕ ਸ਼ੇਰਾ, ਰੱਸਾ ਗਲੋ ਗੁਲਾਮੀ ਦਾ ਲਾ ਦਿੱਤਾ। 23 ਮਾਰਚ 1931 ਦੇ ਦਿਨ ਜੀਵਨ ਕੌਮ ਦੇ ਲੇਖੇ ਲਗਾ ਦਿੱਤਾ ਕਿ ਕੌਮ ਦੇ ਲੇਖੇ ਲਗਾ ਦਿੱਤਾ। ਰਾਜਗੁਰੂ ਸੁਖਦੇਵ ਭਗਤ ਸਿੰਘ ਵਰਗਿਆਂ ਨੇ ਕਹਿੰਦੇ ਵੀ ਝੰਡਾ ਭਾਰਤ ਦਾ ਮੁੜ ਫਿਰ ਬਣ ਕੇ ਚੜਾ ਦਿੱਤਾ ਕਿ ਝੰਡਾ ਭਾਰਤ ਦਾ ਮੁੜ ਫਿਰ ਬਣ ਕੇ ਚੜਾ ਦਿੱਤਾ। ਰਾਜਗੁਰੂ
ਕਾਲਾ ਭਾਜੀ ਬਟਾਲੇ ਤੋਂ ਹੈ ਨਾ ਭਾਜੀ ਕਿਹਦੇ ਨਾਲ ਮੱਖਾ ਭਾਈ ਦੇ ਨਾਲ ਜੰਡਿਆਲੇ ਤੋਂ ਉਹਨਾਂ ਦੇ ਨਾਲ ਸੰਪਰਕ ਕਰੇ ਸਾਡਾ ਕਾਲਾ ਭਾਜੀ ਬਟਾਲੇ ਵਾਲਾ ਕਹਿੰਦੇ ਵੀ ਅੱਜ ਗੁੱਤਿਆਂ ਦੀਆਂ ਟਰੈਕ ਦੌੜਾਂ ਵੀ ਹੋਣਗੀਆਂ ਸੋ ਆਪਾਂ ਬੇਨਤੀ ਕਰਦੇ ਹਾਂ ਕਾਲਾ ਭਾਜੀ ਬਟਾਲੇ ਵਾਲਾ ਮੱਖਣ ਭਾਜੀ ਜੰਡਿਆਲੇ ਵਾਲੇ ਦੇ ਨਾਲ ਆ ਕੇ ਸੰਪਰਕ ਕਰੇ ਕਿਉਂਕਿ ਕੁੱਤਿਆਂ ਦੀਆਂ ਟਰੈਕ ਦੌੜਾਂ ਵੀ ਹੋਣਗੀਆਂ ਉਹਨਾਂ ਦੀਆਂ ਵੀ ਆਪਾਂ ਅਟਾਈਆਂ ਜੋ ਕੱਢਣੀਆਂ ਲਓ ਇਧਰਲੇ ਪਾਸੇ ਮੈਂ ਵੇਖਦਾ ਆਹ ਨੋਟ ਕਰੋ ਜੀ ਸੜਕ ਵਾਲੇ ਪਾਸੇ ਤਰਪੱਲੇ ਦੀ ਟੀਮ ਹੈ ਸਾਡਾ ਗੋਰਾ ਫਰਗੋਤੇ ਵਾਲਾ ਅੱਜ ਪਹਿਚਾਣ ਚ ਨਹੀਂ ਆ ਰਿਹਾ ਮੇਰਾ ਵੀਰ ਦਸਤਾਰ ਸਜੀ ਹੋਈ ਬਹੁਤ ਬਹੁਤ ਧੰਨਵਾਦ ਲੈ ਕੇ ਇਧਰ ਤਰਪੱਲੇ ਦੀ ਟੀਮ ਤੇ ਇਧਰ ਡੀਏਵੀ ਕਾਲਜ ਜਲੰਧਰ ਦੀ ਟੀਮ ਹੈ ਸੋ ਪ੍ਰੋਫੈਸਰ ਗੋਪਾਲ ਸਿੰਘ ਜੀ ਖੜੇ ਹੈ ਕਬੱਡੀ ਕੋਚ ਹੈ ਪ੍ਰਸਿੱਧ ਕਬੱਡੀ ਕੋਚ ਦੁਨੀਆ ਦੇ ਅਣਗਿਣਤ ਖਿਡਾਰੀ ਤਿਆਰ ਕੀਤੀ ਹੈ ਕਹਿੰਦੇ ਸਰਾਮ ਵਾਲੇ ਮਹਿੰਦਰ ਪਰਮਜੀਤ ਪੁਰੀਆ ਕਾਲਾ ਤੇ ਅੱਜ ਦੀ ਤਰੀਕ ਕਹਿੰਦੇ ਵੀ ਕਬੱਡੀ ਦਾ ਚੜ੍ਹਦਾ ਸੂਰਜ ਹੀ ਸਮਝ ਲਓ ਕਿਉਂਕਿ ਜਿਹੜਾ ਵੀ ਕਬੱਡੀ ਦਾ ਸਟਾਰ ਪੈਦਾ ਹੁੰਦਾ ਉਹਨੂੰ ਚੜ੍ਹਦਾ ਸੂਰਜ ਆਖਿਆ ਜਾਂਦਾ ਜਿਵੇਂ ਬੱਚਿਆਂ ਦਾ ਦੁੱਲ ਪੈਦਾ ਹੋਇਆ ਤੇ ਇਸੇ ਤਰ੍ਹਾਂ ਕਹਿੰਦੇ ਵੀ ਸਿੱਧੂ ਚੜ੍ਹ ਰੋਣਾ ਇਸ ਗੱਲ ਦਾ ਮੁੰਡਾ ਸੱਠ ਉੱਤੇ ਮਾਰਦਾ ਵਾਹ ਜੀ ਵਾਹ ਕਿ ਵੱਖਰੇ ਸ਼ੌਂਕ ਨੇ ਪੰਜਾਬੀਆਂ ਦੇ ਕਿ ਮੁੰਡਾ ਹੈਗਾ ਚੰਗੇ ਘਰ ਦਾ ਰੋਣਾ ਇਸ ਗੱਲ ਦਾ ਮੁੰਡਾ ਸੱਠ ਉੱਤੇ ਮਾਰਦਾ ਬਹੁਤ ਵਧੀਆ ਹੋਰ ਤੇ ਕਹਿੰਦੇ ਵੀ ਸ਼ੇਰ ਦਿਖਾਇਆ ਮੁੰਡੇ ਨੇ ਸੁਲਤਾਨ ਕਹਿੰਦੇ ਵੀ ਸ਼ਮਸ਼ਪੁਰੀਆ ਜਿੱਥੇ ਕਹਿੰਦੇ ਬਾਪ ਬਹੁਤ ਤਗੜੀ ਕਬੱਡੀ ਖੇਡਿਆ ਉੱਥੇ ਦੋ ਪੁੱਤਰ ਕਬੱਡੀ ਖੇਡਦੇ ਆ ਵੱਡਾ ਦਾ ਕਬੱਡੀ ਦਾ ਸੁਪਰ ਸਟਾਰ ਖਿਡਾਰੀ ਬਣ ਗਿਆ ਵੈਨਕੂਵਰ ਕਬੱਡੀ ਕਲੱਬ ਦੇ ਲਈ ਕੈਨੇਡਾ ਦੇ ਵਿੱਚ ਖੇਡਿਆ ਪੂਰੀ ਬੱਲੇ ਬੱਲੇ ਕਈ ਨੌਜਵਾਨ ਨੇ ਅੱਜ ਕਹਿੰਦੇ ਪੰਜਾਬ ਦੇ ਕਬੱਡੀ ਕੱਪਾਂ ਦਾ ਸ਼ਿੰਗਾਰ ਹੈ ਪਰ ਮੈਂ ਵੇਖਣਾ ਵੀ ਇਧਰ ਦੇ ਪਾਸੇ ਹੈਲੋ ਬਈ ਦਾਰੂ ਉਹ ਦਾਰੂ ਤੇ ਉਹ ਮੇਰੇ ਬਾਰੂ ਕਿ ਉੱਠਦੀ ਬਹਿੰਦੀ ਜੀ
हेलो हेलो चल भाई अभी अभी भैया मैच शुरू हो गया पहली कबड्डी बैठी हो क्योंकि ये भी कल जलंधर के पास है एक अंक का वादा हो गया है चल लो नौजवान पा कबड्डी लाओ कहते भी तलवंडी क्यों बनिया ते हे वर्गा शरीर है मुंडे दा देखो सामने अक्के दे अंदाज दे नाल जाफियां दे कोल जाके थोड़ा जा रुकिया देख लिया भी हम कौन जफा लाएगा इस गभरू की कमाई हुई कबड्डी की गल करेगा हरविंदर मेहनवा वाला हेलो पंजाब की धरती गुरुआ पीरा फकीर की धरती है पर नाम है सोने रंगले पंजाब की धरती हाकम सिंह यादगारी खेड मेला पुजे हुए सारे वीर का बहुत बहुत धन्यवाद है जिन्हें भी दर्शक वीर पुजे है सारे ही दर्शक वीर का बहुत बहुत आनंद माणो वेले मैच खेड मैदान के विच शुरू हो चुके है एक साइड ट्रिपल की टीम है और दूजी साइड डीएवी कॉलेज जलंधर की टीम है इस वेले बहुत ही खूबसूरत मैच है जो खेड मैदान के विच दूसरा मैच है खेड मेला सोलहवें साल के विच प्रवेश कर चुका है बहुत बहुत धन्यवाद है लो खेड मैदान जो मैच इस वेले चल रहा है टीम दे वल्लों इस वेले खेड मैदान दे विच हर इस वेले पाई हुई कबड्डी है हरमन दी कबड्डी डीएबी कबड्डी क्लब दे चार जाफी एक साइड मैं देखदा भी खुशी दा पेंडू दुग्गा पिंड वाला ए नौजवान उरली नीते है नाल ही मैं देखदा भी अमन है नाल ही प्यास वाला ए नौजवान है लो आ जो पॉइंट है ए नौजवान ट्रिपल्ले दी टीम दे हिस्से है के होए सिंह सूरमे शहीद जिथे सरवन सवार के रब नु हाल दसे सौंगे कंडिया उते मरीद जिथे वड्डे वड्डे धावियां दे मुंह मुड़ गए मैं एक सुंग के जिथो गुलाब दी जी जिथे दे लोग मर जांदे कबड्डी खेड है उस पंजाब दी जी कबड्डी लीग दे विच इस नौजवान नु तुसी जोजो टाइगर टीम दे वास्ते कबड्डी पाउंदे देखिया मनिंदर सरां कप्तान सी जोजो टाइगर दी टीम दा जो इस वेले कबड्डी पाके जो पॉइंट है टीम दे हिस्से जोड़ चुके है अगली कबड्डी टपल्ले वाला सेठी है मेरे वीरो सिख सरदार नौजवान है वखरा स्टाइल है वखरा अंदाज है इस चोपर दा जेता हाकम सिंह यादगारी खेड मेले दा स्वाद आ रहा है एक बार ताड़ी मार के दसो जे तुहानू अज दा जो प्रबंध है वो वधिया लगे धन्यवाद है जिन्ने भी दर्शक वीर पुजे आ भाई होई कबड्डी ते जो अंक है ये जो पॉइंट है इस नौजवान ने जोड़िया आ जो नौजवान है पिछले सीजन बहुत तगड़ा खेडिया इस सीजन डीएवी जलंधर दे वास्ते नौजवान खेड रहा है इस सीजन जलंधर दे वास्ते खेड रहा सोनू है सोनू चीमा पिंड है अपरे दे लागे पिंड है इस नौजवान दा लो चीमा वाले एक साइड में जा देखदा खेड मैदान दे विच सिख सरदार जिंदा नाल ही मैं देखदा भी सत्ता आ नौजवान सत्ता है पर सोनू चीमिया वाला मेरे वीरो ए चीमे पिंड अपरे दे बिल्कुल लागे है इधरली साइड गुरसेवक मानू के गिल्ला वाला कबड्डी केंद्र भी टॉप का कैमरामैन है कबड्डी 365 वाले का भी कैमरा फोकस है लाइव प्रसारण मेरे वीरो पंजाबी वीरो दुनिया भर के विच हाकम सिंह यादगारी खेड मेले का दुनिया भर विच लाइव प्रसारण चल रहा है लो फौजी नाम है इस वेले खेड मैदान विच जिस गप्परू ने कबड्डी पाई है लो फौजी की कबड्डी ते इस वेले खेड मैदान विच जफा लाउण दा प्रयास पर पॉइंट का नौजवान ने जोड़े है अपनी टीम दे वास्ते एक होर अंक दा दित्ता है एक होर अंक अपनी टीम दे हिस्से जोड़दा होया अगली कबड्डी आ जो नौजवान इस वेले खेड मैदान दे विच वीरो हेलो साउंड ऑपरेटर थोड़ जी दर्शक वीरां नूं बेनती है भाई कबड्डी दे मैचां दा आनंद माणन दे नाल नाल कुत्तियां दीआं दौड़ां वी होणियां जिहड़े वीर वख वख पिंडां तों कुत्तियां वाले कुत्ते लै के पहुंचे आपणे मैदान दे विच जोर मचाउण दे लई उहनां वीरां नूं बेनती है स्कूल दी कंध दे नाल टेंट लगाया आपो अपनी एंट्रियां कराओ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿੰਨੇ ਕੁੱਤੇ ਆਏ ਆ ਕਿਹੜੇ ਸਮੇਂ ਦੇ ਨਾਲ ਦੌੜਾਂ ਸ਼ੁਰੂ ਕਰਵਾਉਣੀਆਂ ਹਨ ਲਓ ਇਸ ਵੇਲੇ ਬੀਰਨੇ ਵਾਲਾ ਪੱਟਾ ਮੇਰੇ ਵੀਰੋ ਜੱਫਾ ਲਾਉਣ ਦਾ ਪ੍ਰਯਾਸ ਕਰ ਰਿਹਾ ਜਿੱਥੇ ਦਾ ਲੱਭੀ ਤੇ ਨਿੰਦੀ ਦੋ ਸਕੇ ਵੀਰ ਕਬੱਡੀ ਦੇ ਪ੍ਰਸਿੱਧ ਖਿਡਾਰੀ ਆ ਇੱਕ ਟੌਪ ਦਾ ਰੇਡਰ ਹੈ ਇੱਕ ਟੌਪ ਦਾ ਧਾਵੀ ਆ ਉਸ ਪਿੰਡ ਦਾ ਨੌਜਵਾਨ ਹੈ ਜਿਸ ਨੇ ਪ੍ਰਯਾਸ ਕੀਤਾ ਸੀ ਲਓ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਫਿਰ ਆਪਾਂ ਵੇਖਦੇ ਆਂ ਵੀ ਹਲਕੀ ਜੀ ਉਮਰ ਦਾ ਚੜ੍ਹਦੀ ਵਰੇਸ ਦਾ ਇਹ ਜੋ ਨੌਜਵਾਨ
ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪਰਲੀ ਸਾਈਡ ਮੈਂ ਵੇਖਦਾ ਵੀ ਜਿੰਦਾ ਨਾਲ ਹੀ ਸੱਤੂ ਆ ਆ ਜੋ ਨੌਜਵਾਨ ਜਿੰਦਾ ਇਸ ਵੇਲੇ ਪ੍ਰਯਾਸ ਕਰ ਰਿਹਾ ਪਰ ਪੁਆਇੰਟ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਲਿਆ ਕਿ ਗੱਭਰੂ ਸ਼ੈਲ ਬਣ ਕੇ ਆ ਗਿਆ ਨੇ ਮੈਦਾਨ ਅੰਦਰ ਜੋਸ਼ ਹੁੰਦਾ ਹੈ ਜਿਵੇਂ ਤੂਫਾਨ ਅੰਦਰ ਸਰੀਰ ਸ਼ਾਂਤ ਮੈਂ ਲਿਸ਼ ਲਿਸ਼ ਕਰਨ ਪਿੰਡੇ ਤਲਵਾਰ ਹੁੰਦੀ ਹੈ ਜਿਵੇਂ ਮਿਆਨ ਅੰਦਰ ਚੜਤ ਦੇਖ ਕੇ ਅੰਛ ਅੰਛ ਕਰੇ ਦੁਨੀਆ ਗੁੱਡੀ ਚੜੀ ਹੈ ਅੱਜ ਸਮਾਨ ਅੰਦਰ ਤੇਜ ਤਰਾਰ ਗੱਭਰੂ ਵਾਰੀ ਮਾਂ ਸੱਦ ਕੇ ਕੱਸਿਆ ਤੀਰ ਹੈ ਜਿਵੇਂ ਕਮਾਨ ਅੰਦਰ ਜਿਵੇਂ ਕਹਿੰਦੇ ਵੀ ਕਮਾਨ ਦੇ ਵਿੱਚ ਤੀਰ ਕੱਸਿਆ ਲਓ ਇਹੋ ਜਿਹਾ ਜੁੱਸਾ ਇਸ ਨੌਜਵਾਨ ਦਾ ਲਓ ਇਧਰਲੀ ਸਾਈਡ ਆ ਬਹੁਤ ਬਹੁਤ ਧੰਨਵਾਦ ਮੀਡੀਆ ਦੀ ਦੁਨੀਆ ਤੇ ਜਿਸ ਵੀਰ ਨੇ ਆਪਣੇ ਪ੍ਰੋਗਰਾਮ ਦੇ ਨਾਲ ਦੁਨੀਆ ਭਰ ਦੇ ਵਿੱਚ ਇਸ ਖੇਡ ਮੇਲੇ ਦੀ ਗੱਲ ਕਰਨੀ ਹੈ ਸੰਤੋਖ ਸਿੰਘ ਜੀ ਪਾਸੀ ਸਾਹਿਬ ਪਿਛਲੇ 16 ਸਾਲਾਂ ਤੋਂ ਆਪਣੇ ਬਾਪ ਜੀ ਦੀ ਯਾਦ ਨੂੰ ਸਮਰਪਿਤ ਹਾਕਮ ਸਿੰਘ ਯਾਦਗਾਰੀ ਖੇਡ ਮੇਲਾ ਕਰਵਾਉਂਦੇ ਆ ਰਹੇ ਆ ਸਰਦਾਰ ਸੰਤੋਖ ਸਿੰਘ ਜੀ ਪਾਸੀ ਸਾਹਿਬ ਹੁਣ ਨਾਲ ਅੱਜ ਤੋਂ 15 ਸਾਲ ਪਹਿਲਾਂ ਮੈਂ ਸਭ ਤੋਂ ਪਹਿਲਾਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਮੈਂਟਰੀ ਸ਼ੁਰੂ ਕੀਤੀ ਸੰਤੋਖ ਸਿੰਘ ਜੀ ਪਾਸੀ ਸਾਹਿਬ ਉਹਨਾਂ ਦੀ ਵੱਡੀ ਦੇਣ ਆ ਮਾਂ ਖੇਡ ਜਿੱਥੇ ਮਾਰਕੀਟ ਕਬੱਡੀ ਨੂੰ ਉੱਥੇ ਫੁੱਟਬਾਲ ਨੂੰ ਵੀ ਵੱਡੀ ਜੋ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਅਕਸਰ ਸੰਤੋਖ ਸਿੰਘ ਜੀ ਬਾਸੀ ਸਾਹਿਬ ਵੱਡੇ ਉਪਰਾਲੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਜਿੰਨੇ ਵੀ ਦਰਸ਼ਕਵੀਰ ਜੁੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਜ਼ਾਦੀ ਦੇ ਪੁਲਾਟੀਏ ਆਜ਼ਾਦੀ ਦੇ ਪ੍ਰਵਾਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੇ ਭਾਣਜੇ ਜਗਮੋਹਨ ਸਿੰਘ ਜੀ ਉਹ ਵੀ ਉੱਚੇ ਤੌਰ ਤੇ ਪੁੱਜੇ ਆ ਆਪਾਂ ਧੰਨਵਾਦ ਕਰਦੇ ਆ ਦੁਨੀਆ ਭਰ ਦੇ ਵਿੱਚ ਕ੍ਰਾਂਤੀਕਾਰੀ ਜੀ ਗੱਲ ਕਰੀਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਊਧਮ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਮਹਾਨ ਆਜ਼ਾਦੀ ਦੇ ਪੁਲਾਟੀ ਹੋਏ ਆ ਲਓ ਸੇਠੀ ਮੇਰੇ ਪੰਜਾਬੀ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਹੈ ਲਓ ਸੇਠੀ ਦੀ ਪਾਈ ਹੋਈ ਕਬੱਡੀ ਤੇ ਐ ਨੌਜਵਾਨ ਡੀਏਵੀ ਕਾਲਜ ਜਲੰਧਰ ਦੀ ਟੀਮ ਦੇ ਹਿੱਸੇ ਜੋ ਅੰਕ ਹੈ ਇਹ ਜੋ ਪੁਆਇੰਟ ਹੈ ਇਸ ਨੌਜਵਾਨ ਨੇ ਜੋੜ ਲਿਆ ਆਪਣੀ ਟੀਮ ਦੇ ਹਿੱਸੇ ਇੱਕ ਹੋਰ ਅੰਕ ਦਾ ਵਾਧਾ ਕਰ ਦਿੱਤਾ ਹੈ ਅਗਲੀ ਕਬੱਡੀ ਸੋਨੂ ਚੀਮੇ ਪਿੰਡ ਦਾ ਸੋਨੂ ਚੀਮੇ ਪਿੰਡ ਦਾ ਕਿ ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਇੱਕ ਵਾਰੀ ਨਿਕਲੇ ਤੀਰ ਨਾ ਵਾਪਸ ਆਉਂਦੇ ਵਿੱਚ ਕਮਾਨਾਂ ਦੇ ਭਈ ਸਦਾ ਸੂਰਮੇ ਪਰਖੇ ਜਾਂਦੇ ਵਿੱਚ ਮੈਦਾਨਾਂ ਦੇ ਭਈ ਸਦਾ ਸੂਰਮੇ ਪਰਖੇ ਜਾਂਦੇ ਵਿੱਚ ਮੈਦਾਨਾਂ ਦੇ ਸੋਨੂ ਚੀਮਾ ਚੀਮਿਆਂ ਵਾਲੇ ਸੋਨੂ ਦੀ ਕਬੱਡੀ ਆ ਇੱਕ ਨੂਰਮਹਿਲ ਦੇ ਲਾਗੇ ਚੀਮੇ ਆ ਇਹ ਚੀਮੇ ਅਪਰੇ ਦੇ ਲਾਗੇ ਆ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਪਾਂ ਵੇਖਦੇ ਆ ਵੀ ਆ ਜੋ ਨੌਜਵਾਨ ਕੁੱਕੂ ਨੇ ਪ੍ਰਯਾਸ ਕੀਤਾ ਸੀ ਜੱਫਾ ਲਾਉਣ ਦਾ ਪਰ ਸੋਨੂੰ ਇਹ ਜੋ ਅੰਕ ਹੈ ਆਪਣੇ ਹਿੱਸੇ ਜੋੜ ਚੁੱਕਿਆ ਹੈ ਸਰਦਾਰ ਕੁਲਦੀਪ ਸਿੰਘ ਜੀ ਪਾਸੀ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਵੱਡਾ ਯੋਗਦਾਨ ਹੁੰਦਾ ਹਰ ਸਾਲੀ ਸੋ ਬਹੁਤ ਬਹੁਤ ਧੰਨਵਾਦ ਸੰਤੋਖ ਸਿੰਘ ਜੀ ਪਾਸੀ ਸਰਦਾਰ ਕੁਲਦੀਪ ਸਿੰਘ ਜੀ ਪਾਸੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਹਾਨ ਗੀਤਕਾਰ ਝਲਮਣ ਸਿੰਘ ਜੀ ਟੰਡਾ ਸਾਹਿਬ ਪੁੱਜੇ ਹੋਏ ਜਿਨ੍ਹਾਂ ਦੇ ਲਿਖੇ ਹੋਏ ਗੀਤ ਅਕਸਰ ਹੀ ਸੁਣਨ ਨੂੰ ਮਿਲਦੇ ਆ ਝਲਮਣ ਸਿੰਘ ਜੀ ਟੰਡਾ ਸਾਹਿਬ ਸੋ ਸਾਡੇ ਦਰਮਿਆਨ ਉੱਚੇ ਤੌਰ ਤੇ ਪੁੱਜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲਓ ਆਨੰਦ ਮਾਣੋ ਇੰਜੋਏ ਕਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਮਲ ਕਬੱਡੀ ਹੈ ਖੇਡ ਮੈਦਾਨ ਵਿੱਚ ਮੋਰੋ ਮੰਡੀ ਪਿੰਡ ਹੈ ਇਸ ਨੌਜਵਾਨ ਦਾ ਅਪਰੇ ਦੇ ਬਿਲਕੁਲ ਲਾਗੇ ਨਗਰ ਹੈ ਉਸ ਨਗਰ ਦਾ ਇਹ ਜੋ ਨੌਜਵਾਨ ਇਸ ਵੇਲੇ ਲਓ ਉਧਰਲੀ ਸਾਈਡ ਮੈਂ ਵੇਖਦਾ ਵੀ ਵਾਓ ਜਿੰਦੇ ਆ ਇਹ ਤਰਪੱਲੇ ਪਿੰਡ ਵਾਲਾ ਜਿੰਦਾ ਮੇਰੇ ਵੀਰ ਪਰ ਮੈਂ ਵੇਖਦਾ ਵੀ ਕਮਲ ਕਮਲ ਜੋ ਪੁਆਇੰਟ ਹੈ ਤਰਪੱਲੇ ਪਿੰਡ ਵਾਲੇ ਜਿੰਦੇ ਨੇ ਮੇਰੇ ਵੀਰੋ ਸਿੱਖ ਸਰਦਾਰ ਨੇ ਜੋੜਿਆ ਆਪਣੀ ਹਿੱਸੇ ਦੇ ਵਾਸਤੇ ਇੱਕ ਹੋਰ ਅੰਕ ਦਾ ਵਾਧਾ ਕਰ ਦਿੱਤਾ ਜਿੰਨੇ ਵੀ ਦਰਸ਼ਕ ਵੀਰ ਪੁੱਜੇ ਹੈ ਸਾਰੇ ਹੀ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਿੱਘਾ ਕਰਦੇ ਹਾਂ ਇੱਥੇ ਪੁੱਜਣ ਤੇ ਜਿੰਨੇ ਵੀ ਦਰਸ਼ਕ ਵੀਰ ਪੁੱਜੇ ਹੈ ਜੋ ਅਗਲਾ ਮੈਚ ਹੈ ਉਹ ਵੀ ਅਨਾਊਂਸ ਕਰ ਦਿੱਤਾ ਜਾਵੇ ਤਾਂ ਜੋ ਉਹ ਵੀ ਟੀਮਾਂ ਕਿਉਂਕਿ ਲਗਭਗ ਹਾਫ ਸਮਾਂ ਹੁਣ ਜਾ ਰਿਹਾ ਹੈ ਅਗਲਾ ਜੋ ਮੈਚ ਹੈ ਉਹ ਵੀ ਅਨਾਊਂਸ ਕਰ ਦਿੱਤਾ ਜਾਵੇ ਕਿ ਕਿਹੜੀਆਂ ਕਿਹੜੀਆਂ ਦਰਮਿਆਨ ਜੋ ਅਗਲਾ ਮੈਚ ਹੈ ਉਹ ਖੇਡਿਆ ਜਾਣਾ ਉਹ ਵੀ ਟੀਮਾਂ ਤਿਆਰ ਹੋ ਜਾਣ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ ਮੈਂ ਵੇਖਦਾ ਵੀ ਜੱਗੀ ਜੱਗੀ ਦੀ ਕਬੱਡੀ ਆ ਇਸ ਵੇਲੇ ਖੇਡ ਮੈਦਾਨ ਵਿੱਚ ਜੱਗੀ ਦੀ ਪਾਈ ਹੋਈ ਕਬੱਡੀ ਦੁੱਗਾ ਪਿੰਡ ਹੈ ਕਹਿੰਦੇ ਵੀ ਕਬੱਡੀ ਦਾ ਪ੍ਰਿੰਸ ਦਾ ਪਿੰਡੂ ਇਹ ਨੌਜਵਾਨ ਹੈ ਜਿਸ ਨੌਜਵਾਨ ਨੇ ਇਹ ਜੋ ਅੰਕ ਹੈ ਆਪਣੀ ਟੀਮ ਦੇ ਹਿੱਸੇ ਜੋੜ ਲਿਆ
जो कुत्तियां दा ट्रैक है जिहड़ा वीर ट्रैक है ट्रैक अपना जो ट्रैक है सेट कर लवे क्योंकि जो कुत्तियां दी दौड़ा ट्रैक दौड़ा है वो भी थोड़े समय दे बाद शुरू होने जा रही है। बहुत बहुत धन्यवाद है। लो इधरली साइड आ खेड अगली कबड्डी अगलिया टीमों भी बेनती है जल्दी टीम तैयार हो जाए। अगलिया भी टीमों बेनती है कि टीम जल्दी तैयार हो जाए। लाओ अमृतपाल ये जो नौजवान पर कामयाब नहीं हो सके कि ट्रिपल दी टीम दा मनिंदर सरा मनिंदर सरा ये जो नौजवान है कबड्डी लीग दे विच इस नौजवान ने जोजो टाइगर दे वास्ते कबड्डियां पाईयां कप्तान है जोजो टाइगर दी टीम दा मेरे पंजाबी वीरो ये जो नौजवान मधुर जय कट दा गज और छाती वाला तू ते मोछिया वर्गे डौले है कि साडे डौले लोहे वंगर है साडी छाती बुलट प्रूफ है करिए झड़पा शेरां दे वंगर साडी दौड़ च पैंदी शूक है साडी दौड़ है बब्बर शेर जहे पेड़ा विच साना वर्गे जाओ रा। लो अगली कबड्डी इस वेले आनंद माणो अंजवाय सेठी दी कबड्डी है। साडे अगलियां टीमां नोट कर लेना इस मैच तो बाद श्री हरि राय कबड्डी क्लब दुग्गा शहीद भगत सिंह क्लब बडाला इन्हां दोनों टीमों को बेनती है भी सा मेरे वड्डे वीर इदा रंगे वाले का कहना भी इस मैच चलते चलते ही ग्राउंड के बच्चे दोनों टीम आ जाए। श्री हरि राय कबड्डी क्लब दुग्गा शहीद भगत सिंह क्लब बडाला हाँ जी नोट कर लो भाई श्री हरि राय कबड्डी क्लब दुग्गा शहीद भगत सिंह क्लब बडाला नोट कर लो मेरे वीर इन्हों का मैच है दुआ जो दोनों टीम तैयार हो गए ग्राउंड के बच्चे अमन दुग्गा नूं बेनती है अपनी टीम नूं जल्दी तैयार करके खेल मैदान विच लै आवे नाले बडाले दी टीम नूं भी बेनती है वो भी टीम जल्दी तैयार हो जाए क्योंकि हाफ समा होण जा रहा है। धन्यवाद है जिन्हें भी वीर पुजी हुए है कबड्डी दे प्रेमी जिन्हें भी पुजे है अगर तां मैच दा स्वाद आ रहा है एक बार ताड़ी मार के दसो जे मेरे वीरो मैच वधिया लग रहा है। बहुत बहुत धन्यवाद है जी वीर पुजे है सारे वीरां दा बहुत बहुत धन्यवाद है। लो अगली कबड्डी इस वेले फौजी दी मेरे पंजाबी वीरो इस वेले एक फौजी शाम 84 दा फौजी है। लो आ फौजी ट्रिपल्ले पिंड दा फौजी है सिख सरदार नौजवान फौजी दी पाई हुई कबड्डी है। मैं देखदा भी पट्टा आ नौजवान बेरड़े दा जिले संगरूर दा ए नौजवान है जिले संगरूर दा ए जो नौजवान इस वेले प्रयास कर रहा है। लो ए जो पॉइंट है इहदे हिस्से जुड़ गए लैवे नाले हरदीप सिंह तगड़ जी साडे कोल पहुंच गए उहनां दा भी आपां धन्नवाद करना है। अगली कबड्डी मैं देखदा भी फिर खेड मैदान विच ते नाल ही दविंदर तखर भी पहुंचा मेरा भी ओहदा भी धन्नवाद करदे आ दविंदर तखरां दी धरती साडे कोल पहुंचिया। हां जी अगली कबड्डी कमल दी पहले पंजाबी वीरो मंडी मोरो मंडी पिंड वाला लो खेड मैदान विच कबड्डी पा रहा है कि चढ़ गई जवानी अथरी जी जट ते पौंदा एक कबड्डी थापी मार पट ते खेड दे मैदानां विच जदों ही बुकदा वेख वेख सा फिर जापियां दा सुकदा पप रखे जो मैदान ने तूर अंबरी चढ़े वड्डे वड्डे सूर में भी पानी मंग दे वे जिथे हो जांदे खड़े जिथे हो जांदे खड़े। लेखा जोखा इस तरह है ये जो मैच इस वेले गर सेवक वीर करी जरा कैमरा फोकस ये जो मैच है इस वेले ट्रिपल्ले दी टीम दे भी 14 पॉइंट है ते डीएवी जलंधर ते भी 14 है पर अद्धा पॉइंट ट्रिपल्ले दी टीम दा उपर है। मेरे पंजाबी वीर ताड़ी मार दा बड़ा फसवा मुकाबला है डीएवी जलंधर 14 ट्रिपल्ला 14.5 अद्धे पॉइंट दा फर्क है अद्धे पॉइंट नाल लीड कर रही है ट्रिपल्ले जो टीम पिंड वाली साइड खेड रही है ये टीम अद्धे पॉइंट नाल लीड कर रही है। जेड़ा मेरा वीर कली दी सेवा कर रहा है इन्हूं बेनती है एक बार खेड मैदान विच आके कली पा जावे जेड़ा मेरे वीर दी सेवा है इन्हूं बेनती है कि आके एक बार मैदान विच कली पा दे हाफ समय दे विच ट्रिपल दी टीम अद्धे पॉइंट नाल लीड कर रही है के बडाले दे खेड मेले दी यारो फुल चढ़ाई है अज दूरों दूरों देखण इस नूं दुनिया आई है भई बडाले दे खेड मेले दी यारो फुल चढ़ाई है अज दूरों दूरों देखण इस नूं दुनिया आई है अज मैदान विच देखोगे तुसी जोर जवाना दी भई सदा सूर में परखे जांदे विच मैदाना दी कहंदे भी सूरमियां दी परख मैदाना दे विच हुंदी है योधियां दी परख मैदाना दे विच हुंदी है। लाओ दूसरा हाफ दा आनंद माणो एंजॉय करो दूसरा हाफ एन शंटे वर्गा एन शांत मजा शरीर है। लाओ शंटे वर्गा शरीर है शांत मजा शरीर वाला इस वेले नौजवान खेड मैदान दे विच कबड्डी पाउण वास्ते अग्गे नूं वध चुका है जग्गी खेड मैदान दे विच इस वेले दुग्गा पिंड
खुशी दिड़बे का पेंडू है मेरे पंजाबी वीरो जिथे का कबड्डी का प्रिंस है दिड़बे का खुशी है वह पेंडू है ये जो नौजवान इस खेल मैदान अंक है ये जो अपनी टीम के हिस्से जोड़ चुके हैं कि ढोल बजे कप का ऐलान होया है चोपर अपने हिस्से चमकाने लगे दूर दूर तक पहुंच गई खबर दर्शक मैदान की शोभा बताने लगे कोई आखदा भिड़न के सहन इत आपस में शर्त लाने लगे पर गभरू पुत पंजाब के शैल बंके मैदान के कबड्डिया पाने लगे लो अगली कबड्डी इस वे खेड़ मैदान लो ये जो पॉइंट है ये जो अंक है ट्रिपल की टीम के हिस्से है मनमिंदर सरां मनमिंदर सरां जे आप शौक नहीं मनिंदर कह देंगे मनमिंदर सिंह नाम है मुंडे का लीग दे विच खेडिया जो जो टाइगर दी टीम दे वास्ते हनी सिंह दी टीम दे वास्ते इस नौजवान ने कबड्डियां पाईयां सोनी 6 चैनल ते तुसीं इस नौजवान नूं लाइव कबड्डी पाउंदी देखी है लो सोनी 6 चैनल ते लाइव कबड्डियां पाउण वाला मनमिंदर सरां इस वेले मेरे पंजाबी वीरो खेड मैदान दे विच है पर उतली साइड जिंदा यह नौजवान जिंदा सिख सरदार है बड़ा पर पॉइंट मनमिंदर सरां जे तां मनमिंदर सरां दी खेड वधिया ते इक वार ताड़ी मारो मेरे पंजाबी वीरो इस नौजवान की खेड तुहानू वधिया लगती है कद जरूर मधरा है पर खेड बड़े कमाल दी है इस नौजवान पर खेड बड़े कमाल दी है लो अगली कबड्डी इस वेले खेड मैदान दे विच ट्रिपल्ले दी टीम दे वल्लों फिर इस वेले नौजवान खेड मैदान दे विच इस वेले कबड्डी पाउण दे वास्ते बहुत बहुत धन्यवाद है जिन्हें भी वीर पुजी हुई है ट्रैक्टरां दीआं दौड़ां होईं जां फुटबाल दे मैच होए सवेरे रंगारंग प्रोग्राम होया हुण कबड्डी दे मैच शुरू हो चुके आ बहुत बहुत धन्नवाद है लो इतली साड़े मत्ता ये जो पॉइंट है मत कदा वादा कर दिता इस नौजवान ने अगलिया जो टीम है अमन दुग्गा नूं बेनती है भई अमन सिंह ले अपनी टीम नूं जल्दी खेड मैदान दे विच नाल ही बड़ाले भी टीम है बिल्ला टंडा साडा वीर रिंका मौ साहब जिन्ने भी कबड्डी कमेंटेटर पुजे है आप सारे का धन्यवाद करते हैं बहुत बहुत धन्यवाद है सारे हीर का चल वे सेठी भाओ सुने कबड्डी सेठी इस वेले खेड मैदान सरदार है सिख सरदार नौजवान आए के शहीदां दे सरताज तो लैके शक्ति हां जी वीर जी